ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਨਾਲ ਮੇਰੇ ਹੋਰ ਦੋਸਤ ਨੇ ਮਿਸਟਰ ਮਨਿੰਦਰ ਸਿੰਘ ਤਾਲੀਵਾਲ। ਅਮਰਿੰਦਰ ਜੋ ਬਿਲੋਂਗ ਕਰਦੇ ਨੇ ਦੈਟ ਇਜ਼ ਫੋਰ ਬਰਨਾਲਾ, ਐਂਡ ਮੈਂ ਇਹਨਾਂ ਨੂੰ ਵਿਸ਼ ਕਰਾਂਗਾ, ਕੰਗ੍ਰੈਚੁਲੇਸ਼ਨ ਵਿਸ਼ ਕਰਾਂਗਾ। ਸਭ ਤੋਂ ਪਹਿਲਾਂ ਇਹਨਾਂ ਦਾ ਵੀਜ਼ਾ ਜਿਹੜਾ ਆਇਆ ਦੈਟ ਇਜ਼ ਫੋਰ ਕੈਂਬਰਿੰਗ ਕਾਲਜ ਹੈਂਸਨ, ਜਿਹੜੇ ਕਿ ਟੋਰੋਂਟੋ ਕੈਂਪਸ ਉਹਨਾਂ ਦਾ ਹੈਗਾ ਉਹਦੇ ਵਾਸਤੇ। ਸੋ ਮੈਂ ਉਹਨਾਂ ਦਾ ਵੀਜ਼ਾ ਜਿਹੜਾ ਹੈਂਡਓਵਰ ਕਰਦਾ ਉਹਨਾਂ ਦੇ ਫਾਦਰ ਸਾਹਿਬ ਨੂੰ ਕਰਦਾ। ਸਰ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਨੂੰ। ਕਿੱਦਾਂ ਲੱਗ ਰਿਹਾ ਤੁਹਾਡੇ ਬੇਟੇ ਦਾ ਸੁਪਨਾ ਪੂਰਾ ਹੋ ਰਿਹਾ ਹੈ, ਸੁਪਨੇ ਦੇ ਜਿਹੜੇ ਕਾਗਜ਼ ਹੈ ਤੁਹਾਡੇ ਜੱਜ ਜਿਹੜੇ ਦੇ ਵਾਸਤੇ ਤੁਹਾਡੇ ਹੱਥ 'ਚ ਆ, ਤੁਸੀਂ ਕਿੱਦਾਂ ਕੀ ਕੀ ਤੁਹਾਡਾ ਐਕਸਪੀਰੀਅੰਸ ਰਿਹਾ, ਕੀ ਤੁਸੀਂ ਕਿੱਦਾਂ ਰਿਹਾ ਤੁਹਾਡਾ ਓਵਰਆਲ ਐਕਸਪੀਰੀਅੰਸ? ਬਹੁਤ ਵਧੀਆ ਜੀ। ਕੀ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਤੁਹਾਡੇ ਬੱਚੇ ਦੇ ਵਾਸਤੇ, ਲਾਈਕ ਜਿਹੜੇ ਉਹਨਾਂ ਸਟੂਡੈਂਟ ਲਈ ਜਿਹੜੇ ਫਰਦਰ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹ ਹੈ ਜੀ, ਆਪਣਾ ਉੱਥੋਂ ਵੀਜ਼ਾ ਲਵਾਓ। ਜੀ ਜੀ। ਸੋ ਅਮਰਿੰਦਰ, ਹਾਊ ਇਸ ਯਰ ਐਕਸਪੀਰੀਅੰਸ? ਇਟ ਵਾਸ ਰੀਅਲੀ ਗੁੱਡ ਐਕਸਪੀਰੀਅੰਸ। ਵਾਟਸ ਯਰ ਪ੍ਰੋਫਾਈਲ? ਆਈ ਹੈਵ ਡਨ ਮਾਈ ਸੀਨੀਅਰ ਸੈਕੰਡਰੀ ਐਜੂਕੇਸ਼ਨ ਇਨ 2016। ਓਕੇ, ਦਿਸ ਇਜ਼ 2016 ਚ ਆਪਣਾ ਗ੍ਰੇਡ 12 ਪਾਸ ਕੀਤਾ, ਐਂਡ ਵਾਟਸ ਯਰ ਪਰਸੈਂਟੇਜ? ਸੈਕੰਡ ਟਾਈਮ ਤੁਹਾਡਾ ਪਹਿਲਾਂ ਰਿਫਿਊਜ਼ਲ ਸੀਗਾ? ਯੈਸ, ਆਸਟ੍ਰੇਲੀਆ। ਤੁਸੀਂ ਆਸਟ੍ਰੇਲੀਆ ਰਿਫਿਊਜ਼ ਸੀਗੇ ਪਹਿਲਾਂ, ਬਟ ਕਿੱਦਾਂ ਲੱਗ ਰਿਹਾ ਇੱਕ ਵਾਰ ਆਸਟ੍ਰੇਲੀਆ ਰਿਫਿਊਜ਼ ਹੋਣ ਤੋਂ ਬਾਅਦ ਫਿਰ ਕੈਨੇਡਾ ਦਾ ਵੀਜ਼ਾ ਸਵੀਕਾਰ ਹੋਣਾ, ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ? ਬਹੁਤ ਜ਼ਿਆਦਾ ਵਧੀਆ ਰਿਹਾ। ਮੈਂ ਜਿੰਨੇ ਵੀ ਮੇਰੇ ਫਰੈਂਡਸ ਨੇ, ਉਹਨਾਂ ਨੂੰ ਰਿਕਮੈਂਡ ਕਰਾਂਗਾ ਕਿ ਉਹ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਫਾਇਲ ਲਗਾਉਣ। ਥੈਂਕ ਯੂ ਵੈਰੀ ਮੱਚ, ਵਿਸ਼ ਯੂ ਆਲ ਦ ਬੈਸਟ, ਕੰਗ੍ਰੈਚੁਲੇਸ਼ਨ।